वाह कितना पहला झूला बन गया अगर आप भी ऐसे झूला देखना चाहते हैं तो पूरी वीडियो लास्ट तक देखिए अस्सलाम वालेकुम तो की हाल चाल है टाटा सारे अंदर ठीक हो ना खुश हो तुसी देख रहे हो यूट्यूब चैनल सांगला टीवी नाल देख रहे हो फेसबुक पे सांगला टीवी तो जल्दी जल्दी से हमारा यूट्यूब चैनल सब्सक्राइब कर दो और फेसबुक पेज को फॉलो कर दो इतनी देर में हम ये किल सारे निकाल के सार तरतीब करके आपको बनाना सिखा देते हैं ਉਸ ਤੋਂ ਬਾਅਦ ਮੈਂ ਫਰਦਾ ਪੈਪ ਦੂਜੇ ਨੂੰ ਪੈਪ ਛੋਟਾ ਨੂੰ ਪਣਾ ਕਰਕੇ ਚਲੋ ਇਹਨਾਂ ਵਿੱਚ ਮੈਂ ਫਸਾ ਕੇ ਫਿਰ ਵਿੱਚ ਮੈਂ ਕੇਲਾ ਦੇ ਆਰਾ ਦੇ ਨਾਲ ਵਿੱਚ ਤੁਸੀਂ ਦੇਖਦੇ ਪਿਓ ਮੈਂ ਕੇਲੇ ਦੀ ਤਰਤੀਬ ਕਰਨੀ ਆਸਾ ਮਤਲਬ 3 ਨਾ 4 ਇਸ ਵਜ੍ਹਾ ਤੋਂ ਫਿਰ ਉਹ ਕਿ ਦੋ ਸੈਟਾ ਬਣਾਣੇ ਹੁੰਦੀਆਂ ਨਾ ਇਸ ਵਜ੍ਹਾ ਤੋਂ ਇਹਨਾਂ ਦੇ ਦੋਹਾਂ ਸੈਟਾਂ ਅਟੈਚ ਕਰਨੇ ਹੁੰਦੇ ਇੱਕੋ ਜਿਹੇ ਨਟ ਕੇ ਕਸਨੇ ਪੈਂਦੇ ਨੇ ਇਹਨਾਂ ਤੇ ਤੇ ਇੰਨੀ ਦੇਰ ਨੂੰ ਮੈਂ ਉਹ ਵਿੱਚ ਕਸ ਕੇ ਤੋਂ ਖਰਾ ਕਰਕੇ ਸੈਟ ਕਰਦੇ ਨੇ ਕਿ ਇੱਕ ਇੱਕ ਸੈਟਾ ਬਣ ਗਿਆ ਠੀਕ ਹੈ ਉਹ কুরਸੀ ਦੀ سپورਟ ਲਾ ਦੇਣਾ ਉਹਨੂੰ ਮੈਂ ਹੁਣ ਜਦੋਂ ਮੈਂ ਦੂਸਰੇ ਬ੍ਰਿਕ ਪੈਪ ਸੈਂਟਰ ਚ ਜੜ ਲਾ ਦਿੰਨੇ ਇੱਕ ਦੂਜੇ ਨੂੰ ਮਤਲਬ ਆਪਸ ਚ ਬੰਨ ਕੇ ਰੱਖੰਦੀ ਹੁੰਦੀ ਹੈ سپورਟ ਹੁੰਦੀ ਇਹਨਾਂ ਦੀ ਤੇ ਉਹਨਾਂ ਚ ਨੇ ਮੈਂ سپورਟ ਰੱਖ ਕੇ ਤੇ ਦੂਜੀ ਸਾਈਡ ਤੋਂ ਕਿੱਲ ਲਗਾ ਦੇਣਾ ਕਿੱਲ ਲਗਾ ਕੇ ਫਿਰ ਮੈਂ ਇਹਦਾ ਦੂਸਰਾ ਹਿੱਸਾ ਤਿਆਰ ਕਰਦਾ ਦੂਜਾ ਹਿੱਸਾ ਤਿਆਰ ਕਰਦਾ ਜਿੱਦਾਂ ਉਹ ਪਹਿਲਾਂ ਕੀਤਾ ਉਹਦਾ ਦੂਜਾ ਕਰਨਾ ਤਿਆਰ ਉਹਨਾਂ ਚ ਨੂੰ ਫਿਰ ਮੈਂ ਦੂਸਰਾ ਹਿੱਸਾ ਤਿਆਰ ਕਰ ਲਿਆ ਫਿਰ ਉਹ ਹੀ ਸੈਂਟਰ ਚ ਕੱ ਲੈਣਾ ਤੇ ਫਸਾ ਕੇ ਤੇ ਫਿਰ ਮੈਂ ਦੂਜਾ ਹਿੱਸਾ ਤਿਆਰ ਕਰ ਲਿਆ ਦੂਜਾ ਹਿੱਸਾ ਤਿਆਰ ਕਰਨ ਤੇ ਫਿਰ ਮੈਂ ਬਾਜੂ ਖੜਾ ਕਰਕੇ ਇਹਨੂੰ ਹੀ ਸਾਈਡਾਂ ਤੋਂ ਕੱਲ ਨਗਾ ਦੇਣਾ ਉਹ ਸੈਂਟਰ ਚ ਨਟ ਉੰਦੋ ਕੱਸ ਦੇਣਾ ਡ੍ਰਿਲ ਮਸ਼ੀਨ ਨਾਲ ਡ੍ਰਿਲਿੰਗ ਸ਼ੀ ਨਾ ਨਟ ਕੱਸ ਕੇ ਮੈਂ ਤੇ ਫਿਰ ਬਾਜੂ ਦੂਜਾ ਵੀ ਪੈਪ ਦੇ ਚ ਨਟ ਪਹਿਲੇ ਲੱਗੇ ਹੁੰਦੇ ਨੇ ਤੇ ਵਿੱਚ ਨਟ ਕੱਸ ਦੇਣੇ ਤੇ ਆ ਸੈਂਟਰ ਚ ਲੱਗਦੀ ਹੁੰਦੀ ਮਤਲਬ ਇਹ ਆਪਾਂ ਚ ਇਹਨਾਂ ਨੂੰ ਸਪੋਰਟ ਦਿੰਦੀ ਏ ਸਾਰੇ ਤਿੰਨ ਸਪੋਟਾਂ ਹੁੰਦੀਆਂ ਨੇ ਦੋ ਥੱਲੇ ਇੱਕ ਉਹ ਸੈਂਟਰ 'ਚ ਉੱਪਰ ਤਿੰਨ ਸਪੋਟਾਂ ਲਾਉਣ ਦੇ ਨਾਲ ਫਿਰ ਬਾਅਦ 'ਚ ਜਿਹੜਾ ਮਜ਼ਬੂਤ ਬਣ ਜਾਂਦਾ ਹੈ ਮਜ਼ਬੂਤ ਫੁੱਲ ਹੈ ਵੀ ਇਹਲਾ ਇਹ ਤੁਰਕੀਆ ਦਾ ਹੈ ਠੀਕ ਹੈ ਟੁੱਟਕੀਵਾਂ ਆਂਦੇ ਨਹੀਂ ਇਹ ਤੇ ਉਹ ਫਿਰ ਬਣਾਈ ਦਿੰਦੇ ਤੇ ਰਾਖ 'ਚ ਤੇ ਆਪਾਂ ਪਹਿਲੇ ਮੈਂ ਲਾ ਦੇਣਾ ਮੈਂ ਸ਼ਾਇਦ ਦਾਂ ਇੱਕ ਸਰਵਰ ਦੇ ਇੱਕ ਸਾਰੀ ਛੋਟੀ ਸੇ ਲੇਕਿਨ ਉਹ ਫਿਰ ਜਿੰਨਾ ਵਿੱਚ ਉਹ ਫਸਾਣੇ ਹੁੰਦੇ ਨੇ ਨਾ ਬੈਰਿੰਗ ਜੀ ਫਿਰ ਬੈਰਿੰਗ ਪੁੱਠੇ ਲਗਣ ਨਜ਼ਰ ਆ ਰਹੇ ਸਾਨੂੰ ਫਿਰ ਬਾਜਮਾਨ ਨੂੰ ਪਹਿਲੋ ਪੁੱਟ ਕੇ ਫਿਰ ਮੈਂ ਸਹੀ ਕਰ ਦਿੱਤਾ ਪੁੱਟ ਕੇ ਮੈਂ ਫਿਰ ਸਹੀ ਕਰਕੇ ਤੇ ਫਿਰ ਬਾਅਦ ਚ ਮੈਂ ਇਹਨਾਂ ਨੂੰ ਨਾ ਦੇਣਾ ਸਪਰਿੰਗ ਹੁੰਦੇ ਨੇ ਜਿਹਦੇ ਵਿੱਚ ਫਸਾ ਕੇ ਇਹਨਾਂ ਦੇ ਵਿੱਚ ਪਹਿਲੋ ਨਟ ਕੱਸਦਾ ਮਾਂ ਨਟ ਕੱਸ ਕੇ ਫਿਰ ਬਾਜ ਇਹਨਾਂ ਨੂੰ ਮੈਂ ਕੱਸਣਾ ਡ੍ਰਿਲ ਮਸ਼ੀਨ ਨਾਲ ਨਟ ਵਿੱਚ ਫਸਾ ਕੇ ਡ੍ਰਿਲ ਮਸ਼ੀਨ ਨਾਲ ਮੈਂ ਕੱਸ ਦੇਣਾ ਪਹਿਲੋ ਨੋਰਮਲੀ ਹਲਕਲ ਕੇ ਕੱਸ ਕੇ ਕਿ ਫਿਰ ਇਸ ਵਜ੍ਹਾ ਤੋਂ ਸਾਰੇ ਇੱਕੋ ਜਿਹੇ ਹੋ ਜਾਂਦੇ ਨਾ ਤੋ ਥੱਲੇ ਦੇਖ ਜਿੰਦਾ ਮੋ ਚੁੱਕਨ ਚੱਲ ਜੰਨਾ ਸਾਰੇ ਦਾ ਨਟ ਵਿੱਚ ਫਸਾ ਕੇ ਮੈਂ ਤੇ ਫਿਰ ਬਾਅਦ ਚ ਮੈਂ ਇਹਦੀ ਕਸਾਈ ਕਰਦਾ ਡ੍ਰਿਲ ਮਸ਼ੀਨ ਨਾਲ ਤੇ ਚਾਬੀ ਲੈ ਕੇ ਡ੍ਰਿਲ ਮਸ਼ੀਨ ਨਾਲ ਇੱਕ ਸਾਰ ਤੋਂ ਪਾ ਕੇ ਸਪੰਨਾ ਤੇ ਦੂਜੀ ਸਾਰ ਤੋਂ ਮੈਂ ਡ੍ਰਿਲ ਮਸ਼ੀਨ ਨਾਲ ਇਹ ਕਸਾਈ ਕਰ ਦਿੰਨਾ ਦੂਜੀ ਸਾਈਡ ਤੇ ਵੀ ਇਦਾਂ ਹੀ ਕਸਾ ਕੇ ਡ੍ਰਿਲ ਮਸ਼ੀਨ ਨਾਲ ਅੱਗੇ ਚਾਬੀ ਪਾ ਕੇ ਕਿਸਾ ਕਿਤੇ ਉੱਪਰਲੀ ਸਾਈਡ ਵਾਲੇ ਨਟ ਮੈਂ ਗਲਤ ਲਾ ਬੈਠਾ ਸਾਂ ਤੇ ਮੈਂ ਕਿ ਚਲੋ ਸਾਡਾ ਇਹਨਾਂ ਦੀ ਅੰਦਰ ਕਰਨੀ ਐ ਸਾਡਾ ਮੈਂ ਬਾਹਰ ਕਰ ਦਿੱਤੀਆਂ ਨੇ ਲੇਕਿਨ ਕੋਈ ਮਸਲਾ ਨਹੀਂ ਮੈਂ ਪੁੱਟ ਕੇ ਖੋਲ ਕੇ ਨਟ ਦੁਬਾਰੇ ਫਿਰ ਸਹੀ ਕਰ ਦਿੱਤੇ ਸੀ ਹੁਣ ਦੇਖੋ ਡ੍ਰਿਲ ਮਸ਼ੀਨ ਨਾਲ ਮੈਂ ਕੱਸ ਕੇ ਦੂਜਾ ਵੀ ਤੇ ਮੈਂ ਚਲੋ ਵੀ ਜਲਦੀ ਜਲਦੀ ਨਾ ਕੱਸਦਾ ਤੁਹਾਨੂੰ ਵਿਖਾ ਦਈਏ ਕੱਸ ਕੇ ਇਹ ਡ੍ਰਿਲ ਮਸ਼ੀਨ ਦਾ ਫੁੱਲ ਹੇਵੀਅਲੀ ਟੈਟੋ ਜਾਂਦੇ ਨੇ ਮਤਲਬ ਕੱਲ ਨੂੰ ਕੋਈ ਝੂਲਾ ਲੈਂਦੇ ਕੋਈ ਡਿਗੇ ਨਾ ਹੋ ਗਏ ਖਤਰਾ ਨਾ ਹੋਵੇ ਇਸ ਵਜ੍ਹਾ ਤੋਂ ਟੈਟ ਫੁੱਲ ਕਰਨੇ ਪੈਂਦੇ ਨੇ ਕਿਉਂ ਛੋਟੇ ਛੋਟੇ ਬੱਚੇ ਵੀ ਝੂਲੇ ਲੈਂਦੇ ਨੇ ਸੋਇਆ ਤੂੰ ਫਿਰ ਨਟ ਖੋਲ ਕੇ ਮੈਨਾਂ ਦੀ ਦੂਜੀ ਸਾਈਡ ਸਾਈਡ ਬਦਲਾ ਦੇਣਾ ਨਟਾਂ ਦੀ ਐਦੁਰ ਵੀ ਖੋਲ ਕੇ ਦੁਬਾਰੇ ਮੱਕਾਸ ਤੇ ਦੇਣਾ ਫਿਰ ਉਹ ਨਾ ਥੱਲੇ ਡੇ ਜਾਂਦਾ ਹੋ ਚੁੱਕ ਲਿਆ ਪੈਂਦਾ ਮੈਂ ਡ੍ਰਿਲ ਮਸ਼ੀਨ ਨਾਲ ਬਹੁਤ ਕਸ ਹੁੰਦੀ ਹੈ क्योंकि मशीनी होंगी फिर मशीन सत्ता कस पाती है इन्ना को टाचा तैयार हो गया मैं चलो तक बखा दिए ठीक है बैल फिर मैं उधी हथ सेंटर से जी होंगी डोली जो बना लगा पहले मैं स्परिंग फट के उत्ते हरा दिना वा ठीक है मैं चलो सपरिंग हरा दा मैं स्परिंग हरा के तो फिर बाद चो मैं देख दा वी ठहर कर पांचों चैटिंग ਨਾਲ ਰਾਜ ਕਰਕੇ ਫਿਰ ਸਪ੍ਰਿੰਗਰ ਲਾਣਾ ਫਿਰ ਮੈਂ ਕਿ ਨਹੀਂ ਪਹਿਲੇ ਸਪ੍ਰਿੰਗਰ ਆ ਕੇ ਫਿਰ ਬਾਅਦ ਮੈਂ ਨਾਲ ਉਹਨਾਂ ਨੂੰ ਅਟੈਚ ਕਰ ਦਾਂਗੇ ਲੇਕਿਨ ਉਹ ਅਟੈਚ ਪਹਿਲੋ ਕਰਨਾ ਹੁੰਦਾ ਬਈ ਪਹਿਲੇ ਸਪ੍ਰਿੰਗਰ ਅਟੈਚ ਕਰਦੇ ਸੀ ਲੇਕਿਨ ਕੋਈ ਮਸਲਾ ਨਹੀਂ ਮੈਂ ਖੋਲ ਕੇ ਥਲੇ ਰੱਖ ਦੇਣਾ ਫਿਰ ਕਿ ਮੁਸ਼ਕਲ ਹੋ ਰਹੀ ਸੀ ਦੋ ਜਨੇ ਹੁੰਦੇ ਫਿਰ ਉੱਤੇ ਚੁੱਕ ਕੇ ਰਾਈਦ ਹੁੰਦੇ ਨਾ ਤੇ ਮੈਂ ਸਿੰਗਲ ਸਾਂ ਇਸ ਵੇਲੇ ਤੋਂ ਮੈਂ ਕੱਲਾ ਬੰਦਾ ਸਾਂ ਚੁੱਕ ਕੇ ਥਲੇ ਰੱਖਤਾ ਮੈਂ ਥਲੇ ਰੱਖ ਕੇ ਫਿਰ ਨਟ ਵਿੱਚ ਕੱਸ ਦੇਣਾ ਇਧਰੋਂ ਦੀ ਮੈਂ ਦੋ ਨਟ ਇਧਰ ਲੱਗਦੇ ਨੇ ਦੋ ਨਟ ਉਧਰ ਲੱਗਦੇ ਹੁੰਦੇ ਨੇ ਨਟਿਕਾਸ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਦੂਜਾ ਨਟਿਕਾ ਸਾਧਣਾ ਹਲਕਲ ਕੇ ਕਸ ਕੇ ਫਿਰ ਵਿੱਚ ਉਤਲੀ ਸਾਧ ਤੇ ਪਿੰਨ ਹੁੰਦੀ ਹੈ ਪਿੰਨ ਵਿੱਚ ਚਾਰਾ ਦਿੰਨਾ ਮੈਂ ਪਿੰਨ ਰਾਂ ਦੇ ਬਾਅਦ ਫਿਰ ਮੈਂ ਦੂਜੀ ਸਾਈਡ ਤੇ ਚਲ ਜਾਣਾ ਉਧਰ ਵੀ ਇਦਾਂ ਜੋ ਦੋ ਨਟ ਇਡਰ ਕਸੇ ਦੋ ਉਧਰ ਕਸਨੇ ਉਤੇ ਪਿੰਨ ਰਾ ਦੇਣੀ ਪਿੰਨ ਪੁਨਰਾਂਦ ਤੋਂ ਬਾਅਦ ਫਿਰ ਮੈਂ ਬਾਜੂ ਮੈਂ ਕਹਣਾ ਚਲ ਇਹਨਾਂ ਨੂੰ ਨਟਟ ਕਰ ਦਈਏ ਜਲਦੀ ਨਾ ਫਿਰ ਮੈਂ ਨਟ ਨਟ ਕੱਸ ਕੇ ਫਿਰ ਉਹਦੀ ਉਤਲੀ ਪਿੰਨ ਹਰਾਂ ਲਗਾਉਣਾ ਤੋਂ ਜਦੋਂ ਦੂਜੀ ਸਾਰ ਤੇ ਪਿੰਨ ਬਾਹਰ ਨਿਕਲ ਆਂਦੀ ਫਿਰ ਮੈਂ ਚੱਲ ਉੱਤ ਮੈਂ ਹੁਣੇ ਉਹ ਪਿੰਨ ਨੂੰ ਦੂਜੀ ਸਾਰ ਤੋਂ ਫੜ ਕੇ ਡ੍ਰਿਲ ਮਸ਼ੀਨਾਂ ਪਹਿਲਾਂ ਨਟ ਅਟੈਚ ਕਰ ਲਾ ਮੈਂ ਕਿ ਬਾਅਦ ਚ ਫਿਰ ਇਹਦੀ ਪਿੰਨ ਬਾਅਦ ਚ ਫਸਾਦਾ ਕੋਈ ਨਹੀਂ ਪਿੰਨ ਹੁੰਦੀ ਹੈ ਵਿੱਚ ਸਪ੍ਰਿੰਗ ਹੁੰਦਾ ਹੈ ਨਾ ਸਪ੍ਰਿੰਗ ਨੂੰ ਖਿੱਚ ਕੇ ਛੱਡਦੀ ਹੈ ਨਾ ਫਿਰ ਉਹ ਵਿੱਚ ਫਸ ਜਾਂਦਾ ਜਾ ਕੇ ਤੁਸੀਂ ਦੇਖ ਸਕਦੇ ਹੋ ਮਤਲਬ ਤੁਸੀਂ ਲੰਮੇ ਪਾ ਕੇ ਵੀ ਚੱਲ ਮੇਰੇ ਲੰਮੇ ਵੀ ਪੈਸਾ ਦੇ ਦਿੱਤੇ ਤੁਹਾਨੂੰ ਪੂਰਾ ਮੈਂ ਮੈਂ ਤਾਂ ਬਣਾ ਕੇ ਪੂਰੀ ਸੈਟਿੰਗ ਸ਼ੂਟਿੰਗ ਹਰ ਚੀਜ਼ ਦਿਖਾਵਾਂਗਾ ਦੀ ਸੈਟਿੰਗ ਕੀਤੀ ਮੈਂ ਹੁਣ ਉਹ ਪਿੰਨ ਆ ਰਾ ਦੇਣਾ ਦੂਜੀ ਸਾਰ ਤੋਂ ਮੈਂ ਲੋ ਪਿੰਨ ਵੀ ਆ ਰਾ ਦਿੱਤੀ ਤੁਹਾਨੂੰ ਦੂਜੀ ਸਾਰ ਦੀ ਪਿੰਨ ਉੱਪਰਲੀ ਸਾਰ ਦੀ ਪਿੰਨ ਫਸਾ ਲਗਾ ਕੇ ਮੈਂ ਕਿ ਪਿੰਨ ਦੇ ਨਿਕਲ ਗਈ ਸੀ ਤੇ ਫਿਰ ਮੈਂ ਦੂਜੀ ਸਾਰ ਦੀ ਪਿੰਨ ਆਨ ਕੇ ਫਸਾ ਕੇ ਫਿਰ ਨਟ ਅਟੈਚ ਕਰ ਦੇਣਾ कि फिर बाद पेन निकलनी होंगी फिर टैट हो जाए नट चलो नट टैट करके मैं किस करना मैं तभी पेन पुन तो नहीं निकलेगी नहीं निकलेगी ओके हो गया ठीक है हूँ यहाँ मैं फसा देना उत्तर स्परिंगा ना उतले जो रख लाए होंगे बैरेंग जे राह के आ देखो तभी एडी पेन फिर खुल जा पिना फिर मैं कस खुल के जरा कोई चैक करता उत्ते बह के भी खोल खुले गलो कित नहीं ਕਿਆ ਮਜ਼ਾ ਆ ਜਾਂਦਾ ਸੱਚੀ ਫੀਲਿੰਗ ਹੈ ਆਪਣੀ ਹੈ ਮੈਂ ਜੇ ਤੁਹਾਨੂੰ ਹੀ ਹਾਇਲੋ ਹਾਇ ਕਹਿ ਦਈਏ ਫਿਰ ਉਹਨੇ ਜਨੂ ਮੈਂ ਥੋੜਾ ਪਿਛੇ ਰੱਖ ਕੇ ਤੇ ਜੀ ਮੈਂ ਚਾਹ ਕਰਦਾ ਮੈਂ ਤੁਹਾਨੂੰ ਹੋਰ ਤਰੀਕਿਆਂ ਨਾਲ ਇਹਦਾ ਕੀ ਕੀ ਤੇ ਤੁਸੀਂ ਸੋ ਵੀ ਸਕਦੇ ਜੇ ਖੋਲ ਕੇ ਹਲੋ ਇਹ ਦੋ ਪਿਛੇ ਹੁੰਦਾ ਕਲੰਪ ਜਿਹਾ ਵਿਚਾਰ ਆ ਕਿ ਸਕੂਨ ਹੈ ਤੁਸੀਂ ਲੰਮੇ ਵੀ ਪੈ ਸਕਦੇ ਹੋ ਮੈਂ ਫਿਰ ਲੰਮੇ ਪੈ ਕੇ ਤੁਹਾਨੂੰ ਪੂਰਾ ਦਿਖਾ ਕੇ ਤੇ ਫਿਰ ਮੈਂ ਟਾਂ ਕਰਕੇ ਵਿੱਚ ਸਭ ਪਿੰਨਾ ਫੇਰਾ ਰਾਤੀਆਂ ਨੇ ਪਿੰਨਾ ਫੇਰਾ ਰਾਕੇ ਫਿਰ ਮੈਂ ਚਲੋ ਦੀ ਉਹਨਾਂ ਲਈ ਛਤਰੀ ਬਣਾਣਾ ਕਿ ਤੁੱਪ ਤੁੱਪ ਹੁੰਦੀ ਹੈ ਨਾ ਇਸ ਹੋਇਆ ਤੋਂ ਤਾਂ ਪਹਿਲੇ ਮੈਂ ਲਿਆ ਕੇ ਜਿਹੜਾ ਉਹ ਕਿਦਾਂ ਮਸਤੀ ਮਸਤੀ ਕੀਤੀ ਥੋੜੀ ਜਿਨੀ ਹਸਮਜ਼ਾਕ ਕੀਤਾ ਥੋੜੀ ਜਿਨੀ ਕਿਉਂ ਕਪੜਾ ਬੜਾ ਪਿਆਰਾ ਸੀ ਪਹਿਲੇ ਤਾਂ ਮੈਂ ਆਪਣੇ ਆਪ ਨੂੰ ਲਵੇਟ ਲਿਆ ਠੀਕ ਫਿਰ ਬਾਅਦ ਚ ਮੈਂ ਇਹਦੀ ساری ਮਸਤੀ ਨੂੰ ਸਤਾ ਕਰਕੇ ਮੈਂ ਜੋ ਸੁਪਰਮੈਨ ਨਾ ਬਣ ਜਾ ਫਿਰ ਮੈਂ ਰੰਦ ਉੱਡਣਾ ਕਿੱਥੇ ਆ ਜਾਣਾ ਤੇ ਹੈ ਨਹੀਂ ਅਸੀਂ ਕਿੱਥੇ ਇਸ ਵਾਰ ਤਾਂ ਫਿਰ ਮੈਂ ਵਿਖਾ ਕੇ ਫਿਰ ਇਹਦੀ ਛਤਰੀ ਬਣਾ ਲਗਾ ਛਤਰੀ ਬਣਾ ਕੇ ਤੇ ਫਿਰ ਬਾਅਦ ਚ ਮੈਂ ਆ ਗਿਆ ਚਲੋ ਹੁਣ ਇਹਦੀ ਛਤਰੀ ਬਣਾ ਕੇ ਉਤੋਂ ਦੇਖਾ ਸਾਰਟ ਗਰੀ ਲੱਗਦੀ ਹੁੰਦੀ ਚੈੱਕ ਕਰਨੀ ਹੁੰਦੀ ਨਾ ਤਾਂ ਗਲ ਤੇ ਕੁੜਲੀ ਸਾਡੋਂ ਇੱਕ ਪਰਲੀ ਸਾਡ ਹੁੰਦੀ ਉਹਨੇ ਚਲਦੀ ਮੈਂ ਆਉਂਦੇ ਹਾਂ ਉਰਲੀ ਸਾਡ ਸੀ ਮੈਂ ਇਧਰ ਲਾ ਕੇ ਬਾਅਦ ਚ ਮੈਂ ਦੂਜੀ ਸਾਰ ਵੀ ਲਾਣ ਆ ਜਾਣਾ ਆ ਦੂਜੀ ਸਾਰ ਇਧਰ ਹੀ ਉਹ ਜਿੰਨਾ ਉਧਰ ਹੀ ਕਰਨਾ ਉਹਨਾਂ ਇਧਰ ਹੀ ਕਰ ਦੇਣਾ ਸਾਈਡ ਤੇ ਕਿ ਵਿੱਚ ਫਸਾਨੇ ਹੁੰਦੇ ਨੇ ਤੇ ਪੈਪਝ ਹੁੰਦੇ ਨੇ ਵਿੱਚ ਸਰਾਹ ਹੁੰਦੇ ਨੇ ਵਿੱਚ ਫਸਾ ਦੇਨੇ ਨੇ ਬਾਅਦ ਚ ਚੁੱਕ ਕੇ ਮੈਂ ਉੱਤਰਾ ਦੇਣਾ ਦੇ ਉਹ ਤੇਰਾ ਅੱਕੇ ਬਾਜ ਵਿੱਚ ਹੁੰਦੇ ਨੇ ਨਟ ਇਹਨਾਂ ਦੇ ਵਿੱਚ ਫਸਾਨੇ ਪੈਂਦੇ ਨੇ ਫਿਰ ਉਹ ਵਿੱਚ ਪੇਲੋ ਮਤਲਬ ਲੱਗੇ ਹੁੰਦੇ ਉਹਨਾਂ ਵਿੱਚ ਕੱਸ ਦੇਣਾ ਹੁੰਦੇ ਨੇ ਤੇ ਇੱਕ ਸਾਈਡ ਤੋਂ ਫਸਾ ਦਿੱਤਾ ਸੀ ਮੈਂ ਹੁਣ ਦੂਜੀ ਸਾਈਡ ਤੋਂ ਜਿੱਦਾਂ ਉਰਲੀ ਸਾਈਡ ਤੋਂ ਕਿਸਾਨ ਆਉਂਦੇ ਪਰਲੀ ਸਾਈਡ ਤੋਂ ਕੱਸ ਦੇਣਾ ਜਾ ਕੇ ਤੇ ਚੁੱਲਾ ਹੋ ਜਾਏਗਾ ਤਿਆਰ ਅਜੇ ਇਹਦੇ ਵਿੱਚ ਸੈਂਟਰ 'ਚ ਉਹ ਰੱਖਣਾ ਹੁੰਦਾ ਫੋਮ ਜਿਹਾ ਹੁੰਦਾ ਵਿੱਚ ਫੋਲਟ ਐਡ ਕਰ ਦਿੱਤਾ ਮੈਂ ਮੈਂ ਕਿ ਚਲੋ ਬਾਅਦ ਚ ਦੇਖੀ ਜਾਏਗੀ ਫਿਰ ਮੈਂ ਜਾ ਕੇ ਚੱਕ ਚੱਕ ਕਰਦਾ ਚੰਗੀ ਤਰ੍ਹਾਂ ਵੀ ਨਹੀਂ ਹੋ ਕੇ ਸਾਰਾ ਕੁਝ ਫਿਰ ਆ ਹੁੰਦੇ ਨੇ ਉਹ ਸਾਈਡਾਂ ਤੇ ਤੁਸੀਂ ਚਾਹੇ ਜਾਂ ਬੋਤਲ ਵਗੈਰਾ ਪੀਂਦੇ ਜੇ ਕਿੱਥੇ ਲੱਗਨੇ ਹੁੰਦੇ ਪਹਿਲੇ ਮੈਂ ਸੋਚਾਂ ਨੇ ਆ ਸ ਫਿਰ ਮੈਂ ਕਿਹਾ ਇੱਥੇ ਲੱਗਨੇ ਨੇ ਕਿਉਂ ਜਗ੍ਹਾ ਅਸਹੀ ਲੱਗੰਦੀ ਉਹਨੇ ਚਰ ਨੂੰ ਮੈਂ ਫਿਰ ਇੱਥੇ ਨਟ ਨੂੰ ਕੱਸ ਦੇਣਾ ਵਾ ਇੱਧਰ ਸਾਈਡਾਂ ਤੇ ਤੁਸੀਂ ਚਾਹੇ ਜਾਂ ਕੋਫੀ ਜਾਂ ਕੋਈ ਚੀਜ਼ ਵੀ ਪਾਣੀ ਜੂਸ ਪੀ ਰਹੇ ਹੋ ਤੁਸੀਂ ਇੱਥੇ ਰੱਖ ਸਕਦੇ ਹੋ ਇਦਦਰ ਇੱਕ ਉਰਲੀ ਸਾਧ ਲੱਗਦਾ ਹੁੰਦਾ ਇੱਕ ਪਲਿ ਸਾਧ ਲੱਗਦਾ ਹੁੰਦਾ ਇਹਨੇ ਜਿਹਨੂੰ ਮੈਂ ਉਹ ਪਲਿ ਸਾਧ ਕਸ ਕਸ ਕੇ ਤੇ ਫਿਰ ਉਸਤਾ ਜੀ ਡ੍ਰਿਲ ਮਸ਼ੀਨ ਨਾਲ ਜਰਾ ਚੰਗੀ ਤਰੀਕੇ ਨਾਲ ਛੇ ਤਰੀਕੇ ਨਾਲ ਕਸ ਦੇਣਾ ਵਾ ਡ੍ਰਿਲ ਮਸ਼ੀਨ ਨਾਲ ਕਸ ਕੇ ਫਿਰ ਉਸ ਤੋਂ ਬਾਅਦ ਮੈਂ ਚੈੱਕ ਕਰਦਾ ਹੁੰਨਾ ਵੀ ਓਕੇ ਆ ਨਾ ਸਾਰਾ ਕੁਝ ਫਿਰ ਚਾਬੀ ਪਾ ਕੇ ਮੈਂ ਟੈਟ ਕਰਕੇ ਕਸ ਕੇ ਫਿਰ ਸਾ ਜੀ ਮੈਂ ਦੂਜੀ ਤਰੀਕੇ ਨਾਲ ਇਹਦੇ ਉੱਤੇ ਰੱਖਦਾ ਵਾਂ ਦੋਸ਼ਕ ਮਤਲਬ ਜਿਹਨੂੰ ਗੱਦਾ ਕਿਹਾ ਜਾਂਦਾ ਹੈ ਫੋਮ ਦਾ ਠੀਕ ਹੈ ਫੋਮ ਦਾ ਗੱਦਾ ਰੱਖਦਾ ਉੱਤੇ ਮੈਂ ਫਰਮ ਦਾ ਗੱਦਾ ਰੱਖ ਕੇ ਫਿਰ ਇਹਦੇ ਵਿੱਚ ਚੇਪੀਆਂ ਹੁੰਦੀਆਂ ਨੇ ਉਹ ਸਾਡਾ ਤੋਂ ਕੱਸਣ ਵਾਲੀਆਂ ਠੀਕ ਹੈ ਮੈਂ ਪਹਿਲੇ ਚਾਚਕੋ ਕਰਦਾ ਓਕੇ ਫਿਰ ਬਾਅਦ ਚਾ ਚੇਪੀਆਂ ਚੁਪੀਆਂ ਲਾ ਕੇ ਟਾਈਟ ਕਰਕੇ ਸਾਡਾ ਤੋਂ ਤੇ ਫਿਰ ਬਾਅਦ ਚ ਸਾਰੇ ਪਾਸੇ ਮੈਂ ਚੇਪੀਆਂ ਦੇ ਅੱਛੇ ਤਰੀਕੇ ਨਾਲ ਮੇਲ ਲੈਣਾ ਕਿਉਂ ਫਿਰ ਉਹ ਡਿੱਗਦਾ ਡੂਦਾ ਨਹੀਂ ਨਾ ਹੈ ਜੇ ਗੱਦਾ ਇਸ ਵਜ੍ਹਾ ਤੋਂ उत्तों तो भी चार होंगे दो इधर दो उधर हुई हैं ठीक है फिर बाद मच्छे तरीके नै के चंकी तरह जरा थम्भ जिली तस्वीरों तुस्वी लिया के चैक कर ओके हो गया फिर मैं तैमरा लगे करके तहु विखा गई भी कि बन गया तुम देख सद जरा को अडोली कौन हिला रहा है वैसे मैं लत्त मारी सी आप ही हेल की हर पास चैंक करो किस मतलब डिज नाला लोहया हुआ काफ़ी भारा लोहया लगा झूला हो गया फिर तैयार मैं बह झूठे झूठे लेने ਜਲਦੀ ਜਲਦੀ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦਿਓ Facebook ਪੇਜ ਕੋ ਫੋਲੋ ਕਰ ਦਿਓ ਵੀਡੀਓ ਕੋ ਸ਼ੇਅਰ ਕਰ ਦਿਓ